ਪਰ ਫਿਰ ਬੱਸ ਮੁਲਾਜ਼ਮਾਂ ਪੱਖੋਂ ਪੰਜਾਬ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਵਾ। ਮੈਂ ਇਸ ਵੇਲੇ ਮੌਜੂਦ ਹੈਗਾ ਮੈਂ ਲੁਧਿਆਣਾ ਸ਼ਹਿਰ ਦੇ ਬੱਸ ਡਿਪੂ ਦੇ ਉੱਤੇ, ਜਿੱਥੇ ਤੁਸੀਂ ਦੇਖ ਸਕਦੇ ਹੋ ਪ੍ਰੋਟੈਸਟ ਕੀਤਾ ਜਾ ਰਿਹਾ। ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਕਿ ਜਿਹੜੇ ਮੁਲਾਜ਼ਮ ਹੈਗੇ ਨੇ ਬੱਸਾਂ ਦੇ, ਭਾਵੇਂ ਉਹ PRTC ਹੋਵੇ, ਫਿਰ ਪਨ ਬੱਸ ਹੋਵੇ, ਫਿਰ ਭਾਵੇਂ ਰੋਡਵੇਜ ਹੋਵੇ, ਤਿੰਨੋਂ ਜਿਹੜੀਆਂ ਹੈਗੀਆਂ ਸਰਵਿਸਾਂ ਦੇ ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਹੁਣ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਚੀਜ਼ਾਂ ਨੂੰ ਲੈ ਕੇ ਕਿ ਇਹ ਪ੍ਰਦਰਸ਼ਨ ਕਰ ਰਹੇ ਨੇ। ਕਿਸ ਚੀਜ਼ ਨੂੰ ਲੈ ਕੇ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ? ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਕਿਉਂਕਿ ਲੰਬੇ ਸਮੇਂ ਤੋਂ ਸਾਡੇ ਪਣ ਬੱਸ PRTC ਦੇ ਵਿੱਚ ਆਊਟਸੋਰਸ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਾਉਣ ਵਾਸਤੇ ਸੰਘਰਸ਼ ਲੜਦੇ ਆ ਰਹੇ ਹਾਂ, ਪਰ ਸਰਕਾਰ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕਰਕੇ ਮੁਲਾਜ਼ਮਾਂ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ, ਅਤੇ ਜਿਸ ਕਰਕੇ ਅਸੀਂ ਆਪਣੀਆਂ ਜਿਵੇਂ ਪਿਛਲੇ ਸਮੇਂ 'ਚ ਸਰਕਾਰ ਨਾਲ ਮੀਟਿੰਗਾਂ ਹੋਈਆਂ ਸੀਗੀਆਂ, ਜਿਹਦੇ 'ਚ ਸਰਕਾਰ ਨੇ ਮੀਟਿੰਗ ਕਰਕੇ ਕਮੇਟੀ ਬਣਾਈ ਸੀ, ਕਮੇਟੀ ਵੱਲੋਂ ਪਾਲਿਸੀ ਤਿਆਰ ਕੀਤੀ ਗਈ ਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਤਨਖਾਹ ਵਾਧਾ ਲਾਗੂ ਕਰਨਾ ਸਾਰਿਆਂ 'ਤੇ, ਸਰਵਿਸ ਰੂਲ ਲਾਗੂ ਕਰਨੇ, ਵਿਭਾਗ 'ਚ ਨਵੀਆਂ ਬੱਸਾਂ ਪਾਉਣੀਆਂ ਅਤੇ ਠੇਕੇਦਾਰਾਂ ਨੂੰ ਬਾਹਰ ਕੱਢਣਾ, ਇਹੋ ਜਿਹੀ ਪਾਲਿਸੀ ਤਿਆਰ ਕੀਤੀ ਆ। ਪਰ ਕਿਤੇ ਨਾ ਕਿਤੇ ਅਧਿਕਾਰੀਆਂ ਵੱਲੋਂ ਜਾਂ ਸਰਕਾਰ ਵੱਲੋਂ ਉਹਨੂੰ ਨਜ਼ਰਅੰਦਾਜ਼ ਜਾਂ ਉਹਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਅਸੀਂ ਮੁੜ ਤੋਂ ਦੁਬਾਰਾ ਆਪਣੇ ਸੰਘਰਸ਼ ਸਟੈਂਡ ਕਰਕੇ ਅਤੇ ਅੱਜ ਜਿਵੇਂ ਗੇਟ ਰੈਲੀਆਂ ਕੀਤੀਆਂ, ਅੱਗੇ 8 ਤਰੀਕ ਨੂੰ ਜਿਹੜੀ ਕਨਵੈਨਸ਼ਨ ਕਰਨ ਜਾ ਰਹੇ ਹਾਂ ਜਲੰਧਰ ਦੇ ਵਿੱਚ, ਉਸ ਤੋਂ ਬਾਅਦ 15 ਤਰੀਕ ਨੂੰ 2 ਘੰਟੇ ਬੱਸ ਸਟੈਂਡ ਬੰਦ ਕਰਾਂਗੇ ਅਤੇ ਲਗਾਤਾਰ ਅੱਗੇ ਹੜਤਾਲ 21 ਅਕਤੂਬਰ ਤੋਂ ਹੜਤਾਲ ਲਗਾਤਾਰ ਕਰਕੇ ਅਤੇ 22 ਅਕਤੂਬਰ ਤੋਂ ਮੁੱਖ ਮੰਤਰੀ ਦੇ ਰਹਿਸ਼ 'ਤੇ ਧਰਨਾ ਦੇਵਾਂਗੇ। ਬਿਲਕੁਲ, ਰਹਿਸ਼ ਦੇ ਉੱਤੇ ਧਰਨਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੇ, ਔਰ ਇਸ ਚੀਜ਼ ਨੂੰ ਲੈ ਕੇ ਹੋਰ ਵੀ ਲੋਕ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਇਸੇ ਗੱਲ ਕਰ ਲੈਂਦੇ। ਸਰ, 19 ਤਰੀਕ ਤੋਂ ਲੈ ਕੇ 19 ਤਰੀਕ ਤੱਕ ਇਹ ਪ੍ਰੋਟੈਸਟ ਚੱਲੂਗਾ, ਔਰ ਇਸ ਦੇ ਵਿੱਚ ਕੀ ਬੱਸ ਸੇਵਾਵਾਂ ਬੰਦ ਰਹਿਣਗੀਆਂ? ਹਾਂਜੀ, 21 ਤਰੀਕ ਤੋਂ ਜਿਹੜੀ ਮੁਕੰਮਲ ਹੈਗੀ ਆ ਉਹ ਹੜਤਾਲ, 21, 22 ਅਤੇ 23 ਤਿੰਨ ਦਿਨ ਦੀ ਸਟਰਾਈਕ ਆ ਜਿਹੜੀ ਰੱਖੀ ਗਈ ਆ। 22 ਤਰੀਕ ਨੂੰ ਮੁੱਖ ਮੰਤਰੀ ਦਾ ਜਿਹੜਾ ਘਰਾਓ ਹੈਗਾ ਘਰ ਦਾ ਉਹ ਕੀਤਾ ਜਾਊਗਾ ਜੀ। ਉਸ ਤੋਂ ਬਾਅਦ ਅਗਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਕੋਈ ਸਾਰਥਕ ਹੱਲ ਸਰਕਾਰ ਨਹੀਂ ਕੱਢਦੀ, ਸੋ ਇਹ ਜਿਹੜੀ ਹੜਤਾਲ ਆ ਉਹ ਅਣਮਿੱਥੇ ਸਮੇਂ ਦੀ ਵੀ ਹੋ ਸਕਦੀ ਆ। ਹੋਰ ਵੀ ਜਿਹੜੇ ਸੰਘਰਸ਼ ਨੇ ਉਹ ਤਿੱਖੇ ਕਰਾਂਗੇ, ਪਰ ਜਿਹੜੀਆਂ ਮੰਗਾਂ ਨੇ ਉਹ ਮਨਵਾ ਕੇ ਹੀ ਹਟਾਂਗੇ। ਬਿਲਕੁਲ, ਮੰਗਾਂ ਮਨਵਾ ਕੇ ਹਟਾਂਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੜਕਾਂ ਦੇ ਉੱਤੇ ਉਤਰਨ ਦਾ ਜਿਹੜਾ ਵਾ ਐਲਾਨ ਕੀਤਾ ਗਿਆ ਵਾ, ਔਰ ਬੱਸਾਂ ਬੱਸ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਵਾ, ਔਰ ਇਸ ਦੇ ਨਾਲ ਨਾਲ ਮੇਰੇ ਨਾਲ ਹੋਰ ਵੀ ਲੋਕ ਮੌਜੂਦ ਨੇ। ਸਰ, ਅਗਲਾ ਕਦਮ ਕੀ ਰਹੂਗਾ, ਔਰ ਦੂਜਾ ਇਸ ਦਾ ਹੱਲ ਕੀ ਹੈ? ਹਰ ਵਾਰ ਤੁਸੀਂ ਪ੍ਰੋਟੈਸਟ ਕਰਦੇ ਹੋ, ਸਰਕਾਰ ਤੁਹਾਡੇ ਨਾਲ ਮੀਟਿੰਗ ਕਰਦੀ ਆ, ਇਸ ਦਾ ਹੱਲ ਕੀ ਨਿਕਲ ਸਕਦਾ? ਹੱਲ ਇਸ ਦਾ ਇਹ ਹੈ ਜੀ, ਇੱਕ ਜਿਹੜੀ ਫ੍ਰੀ ਸਫ਼ਰ ਸਹੂਲਤ ਪੰਜਾਬ ਨੂੰ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਆ, ਉਸ ਦਾ ਇੱਕ ਮੁਕੰਮਲ ਇੱਕ ਖਰੜਾ ਤਿਆਰ ਹੋਵੇ ਵੀ ਜਿਹੜੀਆਂ ਬੱਸਾਂ ਦੇ ਵਿੱਚ, ਸਰਕਾਰੀ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰ ਰਹੀਆਂ ਹੈਗੀਆਂ ਔਰਤਾਂ ਨੇ, ਚਾਹੇ ਹੋਰ ਵੀ ਕੈਟਾਗਰੀਆਂ ਨੇ, ਉਹਨਾਂ ਦਾ ਮੁਕੰਮਲ ਜਿਹੜਾ ਪੈਸਾ ਅਦਾਰਿਆਂ ਨੂੰ ਆਉਂਦਾ ਹੋਵੇ, ਸਾਨੂੰ ਇਹ 'ਚ ਕੋਈ ਦਿੱਕਤ ਨਹੀਂ, ਚਾਹੇ ਕਿ ਸਾਰੇ ਪੰਜਾਬ ਨੂੰ ਫ੍ਰੀ ਕਰ ਦਿਓ, ਅਸੀਂ ਸਰਵਿਸ ਦੇਣੀ ਆ, ਪਰ ਜਿਹੜਾ ਸਾਡਾ ਕਿਰਾਇਆ ਬਣਦਾ, ਚਾਹੇ ਉਹ ਸਵਾਰੀ ਦੇਵੇ ਚਾਹੇ ਉਹ ਪੰਜਾਬ ਸਰਕਾਰ ਦੇਵੇ, ਉਹ ਸਾਡੇ ਵਿਭਾਗ ਕੋਲ ਪਹੁੰਚਦਾ ਕੀਤਾ ਜਾਵੇ, ਕਿਉਂਕਿ ਵਿਭਾਗ ਕੋਲ 100 ਸਵਾਰੀ ਹੋਣ ਦੇ ਬਾਵਜੂਦ ਵੀ, ਇੱਕ ਆਪਾਂ ਮੁਨਾਫੇ 'ਚ ਕਹਿ ਸਕਦੇ ਹਾਂ, ਪਰ ਪੈਸਾ ਨਾ ਹੋਣ ਦੇ ਬਾਵਜੂਦ ਜਿਹੜੀਆਂ ਬੱਸਾਂ ਦਾ ਸਪੇਅਰ ਪਾਰਟ ਤੋਂ ਬਿਨਾਂ ਖੜ੍ਹਨਾ, ਅਤੇ ਪੰਜਾਬ ਸਰਕਾਰ ਦਾ ਇਹਨਾਂ ਬੱਸਾਂ, ਜਿੰਨੀ ਕੁ ਬੱਸਾਂ ਹੈਗੀਆਂ ਨੇ, ਇਹਨਾਂ ਬੱਸਾਂ ਦੇ ਨਾਲ ਹੀ ਪੰਜਾਬ ਦੀ ਜਨਤਾ ਨੂੰ ਸਫ਼ਰ ਮੁਹੱਈਆ ਕਰਾਉਣਾ ਇੱਕ ਖਤਰਨਾਕ ਕੰਮ ਹੋ ਰਿਹਾ ਹੈਗਾ। ਇਹ ਕਹਿਣ ਦਾ ਮਤਲਬ ਕਿ ਜਿਹੜੀ ਫ੍ਰੀ ਬੱਸ ਸੇਵਾ ਦਿੱਤੀ ਗਈ ਹੈ, ਇਹਦਾ ਖਮਿਆਜ਼ਾ ਕਿਤੇ ਨਾ ਕਿਤੇ ਸਰਕਾਰ ਖੁਦ ਵੀ ਭੁਗਤਦੀ ਪਈ ਆ, ਔਰ ਉਸਦਾ ਖਮਿਆਜ਼ਾ ਤੁਹਾਨੂੰ ਵੀ ਭੁਗਤਣ 'ਤੇ ਮਜਬੂਰ ਕੀਤਾ ਜਾ ਰਿਹਾ? ਖਮਿਆਜ਼ਾ ਤਾਂ ਅਸੀਂ ਚਲੋ ਨਹੀਂ ਕਹਿ ਸਕਦੇ, ਪੰਜਾਬ ਸਰਕਾਰ ਨੇ ਜੋ, ਇਹ ਪੰਜਾਬ ਸਰਕਾਰ ਦਾ ਹੀ ਅਦਾਰਾ ਹੈਗਾ, ਜੋ ਵੀ ਕਰ ਸਕਦੀ ਆ, ਪਰ ਸਾਡੇ ਲਈ ਤਾਂ ਇਹ ਆ ਵੀ ਸਾਨੂੰ ਜਿਹੜੀ ਆਮਦਨ ਆ ਸਾਡੀ PRTC ਦਾ, ਜੋ ਵੀ ਸਾਡਾ ਬਿੱਲ ਬਣਦੇ ਨੇ, ਸਾਡਾ ਕਿਰਾਇਆ ਬਣਦਾ, ਉਹ ਹਰ ਮਹੀਨੇ
ਸਾਡੇ ਕੋਲ ਪਹੁੰਚਦਾ ਕੀਤਾ ਜਾਵੇ ਜਿਸ ਦੇ ਨਾਲ ਸਾਡਾ। ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵਾ ਕਿ ਇਸਦਾ ਹੱਲ ਕੀ ਹੋਣਾ ਚਾਹੀਦਾ, ਕਿਉਂਕਿ ਜੇ ਅਗਰ ਪੰਜਾਬ ਸਰਕਾਰ ਫ੍ਰੀ ਸੇਵਾ ਦੇ ਰਹੀ ਹੈ ਤਾਂ ਉਸਦੇ ਵਿੱਚ ਨੁਕਸਾਨ ਹੀ ਹੋ ਰਿਹਾ? ਬਿਲਕੁਲ, ਇਹ ਜਿਹੜੇ ਸਰਕਾਰ ਨੇ ਆਪਣਾ ਐਲਾਨ ਕਰਤਾ ਫ੍ਰੀ ਸਫ਼ਰ ਸਹੂਲਤ ਦੇਣ ਦਾ, ਪਰ ਜਿਹੜੇ ਪਨਬੱਸ PRTC ਅਦਾਰੇ ਖੁਦ ਮੁਖਤਿਆਰ ਅਦਾਰੇ ਨੇ, ਆਪਣਾ ਕਮਾਉਂਦੇ ਆ, ਫਿਰ ਉਸ ਤੋਂ ਬਾਅਦ ਡੀਜ਼ਲ ਜਾਂ ਹੋਰ ਤਨਖਾਹਾਂ ਪੂਰੀਆਂ ਕਰਕੇ ਆਪਣੇ ਖਰਚੇ ਪੂਰੇ ਕਰਦੇ ਆ। ਪਰ ਸਰਕਾਰ ਨੇ ਫ੍ਰੀ ਸਫ਼ਰ ਸਹੂਲਤ ਦੇ ਦਿੱਤੀ ਆ, ਜਿਹੜਾ ਬਜਟ ਰੱਖਿਆ ਜਾਂਦਾ ਉਹ ਬੜਾ ਥੋੜ੍ਹਾ ਰੱਖਿਆ ਜਾਂਦਾ, ਜਿਹਦੇ ਨਾਲ ਵਿਭਾਗਾਂ ਨੂੰ ਪੂਰੇ ਪੈਸੇ ਨਹੀਂ ਆਉਂਦੇ, ਜਿਸ ਕਰਕੇ ਸਪੇਅਰ ਪਾਰਟ ਨਾ ਆਉਣਾ ਜਾਂ ਗੱਡੀਆਂ ਨਵੀਆਂ ਨਾ ਪੈਣੀਆਂ, ਅਤੇ ਜਿਹਦੇ ਕਰਕੇ ਵਿਭਾਗ ਖਤਮ ਹੋਣ ਦੇ ਕਿਨਾਰੇ ਆ। ਸਰਕਾਰ ਨੂੰ ਕੋਈ ਇਹੋ ਜਿਹਾ ਰੂਲ ਬਣਾਉਣਾ ਚਾਹੀਦਾ ਵੀ ਕਿਹੜੇ ਤਰੀਕੇ ਨਾਲ ਸਫ਼ਰ ਜਿਹੜਾ ਫ੍ਰੀ ਸਫ਼ਰ ਸਹੂਲਤ ਦੇਣੀ ਆ, ਕੁਝ ਲੋਕ ਜਿਹੜੇ ਨਜਾਇਜ਼ ਲੈਂਦੇ ਆ ਉਹੋ ਜਿਹਾ ਸਫ਼ਰ ਸਹੂਲਤ ਨਾ ਹੋਵੇ। ਕਹਿੰਦਾ ਮਤਲਬ ਕਿ ਇਹਦਾ ਅੱਧਾ ਕਿਰਾਇਆ ਵੀ ਕੀਤਾ ਜਾ ਸਕਦਾ? ਨਹੀਂ, ਚਲੋ ਉਹ ਸਰਕਾਰ ਦੇ ਫੈਸਲੇ ਆ, ਪਰ ਇਹਦੇ 'ਚ ਅਸੀਂ ਤਾਂ ਕਹਿੰਦੇ ਬੱਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ, ਅਤੇ ਕੋਈ ਇਹੋ ਜਿਹੀਆਂ ID ਪਰੂਫ ਜਾਂ ਕਾਰਡ ਵੱਖਰੇ ਬਣਾਏ ਜਾਣ ਜਿਹਦੇ ਨਾਲ ਜਿਹਨੂੰ ਲੋੜਵੰਦ ਨੂੰ ਜਿਹੜੀ ਫ੍ਰੀ ਸਫ਼ਰ ਸਹੂਲਤ ਮਿਲੇ। ਤੁਸੀਂ ਦੇਖ ਸਕਦੇ ਹੋ ਕਿ ਹਰ ਵਾਰ ਦੀ ਤਰ੍ਹਾਂ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ, ਸਰਕਾਰ ਦੇ ਖਿਲਾਫ਼ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ, ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖ ਰਹੇ ਨੇ, ਕਈ ਮੀਟਿੰਗਾਂ ਕਰ ਚੁੱਕੇ ਨੇ, ਪਰ ਉਸਦਾ ਕੋਈ ਵੀ ਨਤੀਜਾ ਹਜੇ ਤੱਕ ਨਹੀਂ ਨਿਕਲਿਆ। ਔਰ ਇਸ ਚੀਜ਼ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਉਹਨਾਂ ਨੇ ਸਾਫ਼ ਐਲਾਨ ਕਰ ਦਿੱਤਾ ਵਾ ਕਿ 21, 22 ਔਰ 23 ਤਰੀਕ 3 ਦਿਨ ਸਤੰਬਰ ਦੇ 21, 22 ਔਰ 23 ਜਿਹੜੀ ਸਤੰਬਰ ਦੀ ਹੈਗੀ ਹੈ ਉਸ ਦਿਨ ਮੁਕੰਮਲ ਸੇਵਾ ਜਿਹੜੀ ਹੈ ਬੰਦ ਕੀਤੀ ਜਾਊਗੀ, ਔਰ ਉਸ ਦਿਨ ਲੋਕਾਂ ਨੂੰ ਇਸ ਦਾ ਜਿਹੜਾ ਵਾ ਨੁਕਸਾਨ ਵੀ ਹੋ ਸਕਦਾ ਵਾ, ਵੱਡਾ ਨੁਕਸਾਨ ਵਿਭਾਗ ਨੂੰ ਵੀ ਝੇਲਣਾ ਪਊਗਾ, ਅਤੇ ਉੱਥੇ ਖੱਜਲ ਖੇ ਹੋਣ ਵਾਸਤੇ ਲੋਕ ਵੀ ਤਿਆਰ ਰਹਿਣ। ਦੇਖਣਾ ਹੋਵੇਗਾ ਕਿ ਹੁਣ ਪੰਜਾਬ ਸਰਕਾਰ ਇਸਦਾ ਕੀ ਹੱਲ ਕਰਦੀ ਹੈ। ਰੋਹਿਤ ਗੋਡ, ਨਿਊਜ਼ 18।